ਵਿੱਚ 574 ਸੈਂਪਲ ਜਿਹੜੇ ਹੈਗੇ ਉਹ ਕਲੈਕਟ ਕੀਤੇ ਨੇ। ਇਹ 574 ਸੈਂਪਲਾਂ ਵਿੱਚੋਂ 467 ਸੈਂਪਲਾਂ ਦੀ ਰਿਪੋਰਟ ਜਿਹੜੀ ਹੈਗੀ ਉਹ ਸਾਨੂੰ ਪ੍ਰਾਪਤ ਹੋ ਚੁੱਕੀ ਹੈ। ਕੱਲ੍ਹ ਦੇ 41 ਸੈਂਪਲ ਅਤੇ ਅੱਜ ਦੇ 67 ਸੈਂਪਲ, ਕੁੱਲ ਮਿਲਾ ਕੇ 108 ਸੈਂਪਲ ਜਿਹੜੇ ਹੈਗੇ ਉਹਨਾਂ ਦੀ ਰਿਪੋਰਟ ਆਉਣ ਵਾਲੀ ਬਾਕੀ ਹੈ। ਪੰਜਾਬ ਸਰਕਾਰ ਵੱਲੋਂ ਅੱਜ ਇੱਕ ਅਹਿਮ ਫੈਸਲਾ ਲੈਂਦਿਆਂ ਹੋਇਆਂ ਕਰਫਿਊ ਦੀ ਮਿਆਦ ਵਧਾ ਦਿੱਤੀ ਗਈ ਹੈ, ਜੋ 1 ਮਈ ਤੱਕ ਕਰ ਦਿੱਤੀ ਗਈ ਹੈ, ਜਿਸ ਦੇ ਮੱਦੇਨਜ਼ਰ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਸ ਨੂੰ ਜ਼ਰੂਰੀ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਨੇ। ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਲੁਧਿਆਣਾ ਵਿੱਚ 574 ਸੈਂਪਲ ਗਏ ਨੇ, ਜਿਨ੍ਹਾਂ ਵਿੱਚੋਂ 467 ਦੀ ਰਿਪੋਰਟ ਆ ਗਈ ਹੈ ਅਤੇ 443 ਸੈਂਪਲ ਇਹਨਾਂ ਵਿੱਚੋਂ ਨੈਗੇਟਿਵ ਨਿਕਲੇ ਨੇ, ਜਦਕਿ 12 ਸੈਂਪਲ ਪੋਜ਼ਿਟਿਵ ਆਏ ਨੇ, ਜਿਨ੍ਹਾਂ ਵਿੱਚੋਂ 3 ਦੀ ਮੌਤ ਹੋ ਚੁੱਕੀ ਹੈ। ਇਸ ਮੌਕੇ ਕਮਿਸ਼ਨਰ ਨੇ ਕਿਹਾ ਕਿ ਹੁਣ ਉਹ ਆਉਂਦੇ ਦਿਨਾਂ ਦੇ ਵਿੱਚ ਵੀ ਕਰਫਿਊ ਨੂੰ ਪੂਰੀ ਤਰ੍ਹਾਂ ਲਾਗੂ ਕਰਨਗੇ ਅਤੇ ਪਾਸ ਵਾਲਿਆਂ ਨੂੰ ਵੀ ਬਿਨਾਂ ਮਾਸਕ ਤੋਂ ਘੁੰਮਣ ਦੀ ਇਜਾਜ਼ਤ ਨਹੀਂ ਹੋਵੇਗੀ। ਅੱਜ ਮਿਤੀ 10 ਅਪ੍ਰੈਲ 2020 ਤੱਕ ਅਸੀਂ ਲੁਧਿਆਣਾ ਵਿੱਚ 574 ਸੈਂਪਲ ਜਿਹੜੇ ਹੈਗੇ ਉਹ ਕਲੈਕਟ ਕੀਤੇ ਨੇ। ਇਹ 574 ਸੈਂਪਲਾਂ ਵਿੱਚੋਂ 467 ਸੈਂਪਲਾਂ ਦੀ ਰਿਪੋਰਟ ਜਿਹੜੀ ਹੈਗੀ ਉਹ ਸਾਨੂੰ ਪ੍ਰਾਪਤ ਹੋ ਚੁੱਕੀ ਹੈ। ਕੱਲ੍ਹ ਦੇ 41 ਸੈਂਪਲ ਅਤੇ ਅੱਜ ਦੇ 67 ਸੈਂਪਲ, ਕੁੱਲ ਮਿਲਾ ਕੇ 108 ਸੈਂਪਲ ਜਿਹੜੇ ਹੈਗੇ ਉਹਨਾਂ ਦੀ ਰਿਪੋਰਟ ਆਉਣ ਵਾਲੀ ਬਾਕੀ ਹੈ। ਜਿਹੜੇ 467 ਸੈਂਪਲਾਂ ਦੀ ਰਿਪੋਰਟ ਸਾਨੂੰ ਪ੍ਰਾਪਤ ਹੋਈ ਹੈ, ਉਹਦੇ ਵਿੱਚੋਂ 443 ਸੈਂਪਲ ਜਿਹੜੇ ਹੈਗੇ ਉਹ ਨੈਗੇਟਿਵ ਪਾਏ ਗਏ ਨੇ। 11 ਸੈਂਪਲ ਇਹੋ ਜਿਹੇ ਸੀਗੇ ਜਿਨ੍ਹਾਂ ਦੀ ਰਿਪੋਰਟ ਪ੍ਰੋਪਰਲੀ ਨਹੀਂ ਬਣ ਸਕੀ ਸੀਗੀ, ਇਸ ਕਰਕੇ ਉਹਨਾਂ ਨੂੰ ਇਨਕਨਕਲੂਸਿਵ ਜਾਂ ਰਿਜੈਕਟ ਡਿਕਲੇਅਰ ਕਰਤਾ ਸੀਗਾ। 12 ਸੈਂਪਲ ਜਿਹੜੇ ਹੈਗੇ ਉਹ ਪੋਜ਼ਿਟਿਵ ਪਾਏ ਗਏ ਸੀਗੇ, 12 ਚੋਂ 1 ਸੈਂਪਲ ਜਿਹੜਾ ਸੀਗਾ ਉਹ ਜਲੰਧਰ ਦਾ ਸੀਗਾ, ਔਰ 1 ਪੇਸ਼ੈਂਟ ਜਿਹੜਾ ਸੀਗਾ ਉਹ ਬਰਨਾਲੇ ਦੇ ਸਨ। 2 ਸੈਂਪਲ ਸਾਡੇ ਜ਼ਿਲ੍ਹਾ ਲੁਧਿਆਣਾ ਦੇ ਸੰਬੰਧਿਤ ਜਿਹੜੇ ਪੇਸ਼ੈਂਟ ਸੀਗੇ ਉਹਨਾਂ ਦੇ PGI ਵਿੱਚ ਸੈਂਪਲਿੰਗ ਹੋਈ ਸੀਗੀ, ਉੱਥੋਂ ਹੀ ਉਹਨਾਂ ਦੀ ਸੈਂਪਲਿੰਗ ਕਰਕੇ ਟੈਸਟਿੰਗ ਹੋਈ ਹੈ, ਔਰ ਉਹ ਦੋਨੋਂ ਪੇਸ਼ੈਂਟ ਜਿਹੜੇ ਹੈਗੇ ਉਹ ਨੈਗੇਟਿਵ ਹੈਗੇ। ਅੱਜ ਪੰਜਾਬ ਸਰਕਾਰ ਵੱਲੋਂ ਜਿਹੜਾ ਕਰਫਿਊ ਲੋਕਡਾਊਨ ਸੀਗਾ ਉਸਨੂੰ 1 ਮਈ ਤੱਕ ਵਧਾ ਦਿੱਤਾ ਹੈ। ਪਿਛਲੇ ਤਕਰੀਬਨ 17-18 ਦਿਨਾਂ ਤੋਂ ਜਿਹੜਾ ਲੋਕਡਾਊਨ ਅਤੇ ਕਰਫਿਊ ਚੱਲ ਰਿਹਾ ਸੀਗਾ ਉਹਦੇ ਕਾਫੀ ਠੀਕ ਰਿਜ਼ਲਟਸ ਜਿਹੜੇ ਸੀਗੇ ਉਹ ਮਿਲ ਰਹੇ ਸਨ, ਔਰ ਲੋਕਾਂ ਦਾ ਵੀ ਜਿਹੜਾ ਸਹਿਯੋਗ ਹੈਗਾ ਉਹ ਵੀ ਕਾਫੀ ਚੰਗਾ ਸਾਨੂੰ ਮਿਲਿਆ ਹੈਗਾ। ਅਸੀਂ ਉਮੀਦ ਕਰਦੇ ਹਾਂ ਕਿ ਲੋਕਾਂ ਦਾ ਜਿਹੜਾ ਸਹਿਯੋਗ ਸਾਨੂੰ ਪਿਛਲੇ 17-18 ਦਿਨਾਂ ਤੋਂ ਮਿਲਿਆ ਹੈਗਾ ਉਹੀ ਸਹਿਯੋਗ ਜਿਹੜਾ ਹੈਗਾ ਸਾਨੂੰ ਅੱਗੇ ਵੀ ਮਿਲੂਗਾ, ਕਿਉਂਕਿ ਇਹ ਜਿਹੜੀ ਚੀਜ਼ ਹੈਗੀ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ, ਔਰ ਲੋਕਾਂ ਦੀ ਸਹੂਲਤ ਵਾਸਤੇ, ਲੋਕਾਂ ਦੀ ਸੁਰੱਖਿਆ ਦੇ ਵਾਸਤੇ ਹੀ ਸਰਕਾਰ ਵੱਲੋਂ ਜਿਹੜਾ ਹੈਗਾ ਇਹ ਫੈਸਲਾ ਲਿਆ ਹੈ, ਕਿਉਂਕਿ ਇਹਦਾ ਇਸ ਬਿਮਾਰੀ ਦਾ ਕੋਈ ਪ੍ਰੋਪਰ ਇਲਾਜ ਸਾਰਿਆਂ ਨੂੰ ਪਤਾ ਹੈਗਾ ਕਿ ਕੋਈ ਇਲਾਜ ਨਹੀਂ ਹੈਗਾ। ਜੇ ਕੋਈ ਬੰਦਾ ਕੰਟੈਮੀਨੇਟ ਹੋ ਜਾਂਦਾ ਹੈ ਤਾਂ ਉਹਦੀ ਇਮਿਊਨਿਟੀ, ਆਪਣੀ ਸੈਲਫ ਇਮਿਊਨਿਟੀ ਦੇ ਬੇਸਿਸ 'ਤੇ ਹੀ ਉਹ ਬੰਦਾ ਬਚ ਸਕਦਾ ਹੈ। ਅਦਰਵਾਈਜ਼ 2-3 ਡੈਥਸ ਵੀ ਜਿਹੜੀਆਂ ਹੈਗੀਆਂ ਡਿਸਟ੍ਰਿਕਟ ਦੇ ਵਿੱਚ ਹੋ ਚੁੱਕੀਆਂ ਨੇ, ਤਾਂ ਸਾਡੀ ਸਾਰਿਆਂ ਦੀ ਜਿਹੜੀ ਹੈਗੀ ਉਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਵਾਸਤੇ ਅਸੀਂ ਆਪਣੇ ਘਰਾਂ ਦੇ ਵਿੱਚ ਰਹੀਏ, ਕੋਈ ਵੀ ਕਰਾਊਡ ਵਾਲੀ ਥਾਂ ਜਿਹੜੀ ਹੈਗੀ ਉੱਥੇ ਨਾ ਜਾਈਏ। ਇੱਕ ਬਹੁਤ ਬੜਾ ਕਨਫਿਊਜ਼ਨ ਦੇਖਣ ਨੂੰ ਆਇਆ ਹੈ ਕਿ ਕੁਛ ਲੋਕਾਂ ਨੂੰ ਇੰਝ ਜਾਪਦਾ ਹੈ ਕਿ ਜਿਹੜਾ ਕਰਫਿਊ ਹੈਗਾ ਉਹ ਸਿਰਫ ਔਰ ਸਿਰਫ ਸਵੇਰੇ 9 ਵਜੇ ਤੋਂ ਸ਼ਾਮ ਤੱਕ ਹੀ ਹੈਗਾ। ਇਹ ਕਰਫਿਊ ਜਿਹੜਾ ਹੈਗਾ, ਲੋਕਡਾਊਨ ਜਿਹੜਾ ਹੈਗਾ, ਉਹ ਪੂਰੇ 24 ਘੰਟਿਆਂ ਦੇ ਵਾਸਤੇ ਹੁੰਦਾ ਹੈ। ਕਈ ਲੋਕ ਇਹ ਸੋਚ ਕੇ ਕਿ ਸਵੇਰੇ 6 ਵਜੇ 7 ਵਜੇ 8 ਵਜੇ ਕਿ ਜੀ ਅਸੀਂ ਇਸ ਵੇਲੇ ਕੋਈ ਵੀ ਪੁਲਿਸ ਡਿਪਲੋਇਮੈਂਟ ਘੱਟ ਹੈਗਾ, ਲੋਕ ਘੱਟ ਹੈਗੇ, ਤਾਂ ਉਹ ਬੰਦੇ ਜਿਹੜੇ ਹੈਗੇ ਕਦੇ ਕਦੇ ਕਿਸੇ ਕੰਮ ਦੇ ਵਾਸਤੇ, ਕੋਈ ਘੁੰਮਣ ਫਿਰਨ ਦੇ ਵਾਸਤੇ ਨਿਕਲ ਜਾਂਦਾ ਹੈ। ਡੇਲੀ ਬੇਸਿਸ 'ਤੇ ਸਾਡੀ ਪੁਲਿਸ ਵੱਲੋਂ ਇਸ ਤਰ੍ਹਾਂ ਦੇ ਬੰਦਿਆਂ ਨੂੰ ਫੜਿਆ ਜਾ ਰਿਹਾ ਹੈ, ਉਹਨਾਂ ਨੂੰ ਓਪਨ ਜੇਲ੍ਹ ਦੇ ਵਿੱਚ ਲਿਜਾਇਆ ਜਾ ਰਿਹਾ ਹੈ। ਤਾਂ ਮੇਰੀ ਸਾਰੇ ਦੇ ਸਾਰੇ ਨਾਗਰਿਕਾਂ ਨੂੰ, ਲੋਕਾਂ ਨੂੰ ਬੇਨਤੀ ਹੈਗੀ ਕਿ ਇਸ ਤਰ੍ਹਾਂ ਦੀ ਕੋਈ ਵੀ ਵਾਇਲੇਸ਼ਨ ਨਾ ਕਰਨ, ਆਪਣੇ ਘਰਾਂ ਦੇ ਅੰਦਰ ਰਹਿਣ,
ਆਪਣੇ ਆਪ ਨੂੰ ਵੀ ਸੁਰੱਖਿਅਤ ਰੱਖਣ ਔਰ ਆਪਣੇ ਪਰਿਵਾਰ ਵਾਲਿਆਂ ਨੂੰ ਵੀ ਸੁਰੱਖਿਅਤ ਰੱਖਣ। ਇਸ ਤੋਂ ਇਲਾਵਾ ਸਰਕਾਰ ਵੱਲੋਂ ਇੱਕ ਹੋਰ ਐਡਵਾਈਜ਼ਰੀ ਜਿਹੜੀ ਹੈਗੀ ਉਹ ਜਾਰੀ ਕੀਤੀ ਗਈ ਹੈ ਕਿ ਹੁਣ ਕੋਈ ਵੀ ਬੰਦਾ ਭਾਵੇਂ ਪਾਸ ਲੈ ਕੇ ਬਾਹਰ ਨਿਕਲਦਾ ਹੈ ਜਾਂ ਕਿਸੇ ਵੀ ਕੰਮ ਤੋਂ ਬਾਹਰ ਨਿਕਲਦਾ ਹੈ, ਉਹ ਸਾਰੇ ਕੇ ਸਾਰੇ ਬੰਦੇ ਜਿਹੜੇ ਹੈਗੇ ਉਹਨਾਂ ਦੇ ਚਿਹਰੇ 'ਤੇ ਮਾਸਕ ਜਿਹੜਾ ਹੈਗਾ ਉਹ ਲੱਗਿਆ ਹੋਣਾ ਚਾਹੀਦਾ ਹੈ। ਤਾਂ ਮੇਰੀ ਇਹ ਵੀ ਬੇਨਤੀ ਹੈਗੀ ਕਿ ਜੋ ਵੀ ਬੰਦਾ ਆਪਣੇ ਪਾਸਿਸ ਦੇ ਰਾਹੀਂ ਵੀ ਬਾਹਰ ਨਿਕਲਦਾ ਹੈ ਉਹ ਵੀ ਆਪਣੇ ਆਪ ਨੂੰ ਪ੍ਰੋਪਰਲੀ ਕਵਰ ਕਰਕੇ ਰੱਖੇ ਔਰ ਮਾਸਕ ਦੀ ਵਰਤੋਂ ਕਰੇ। ਇਸ ਤੋਂ ਇਲਾਵਾ ਜਿਹੜੇ ਸਾਡੇ ਸੈਂਪਲਿੰਗ ਹੋਈ ਹੈ ਔਰ ਟੈਸਟ ਪੋਜ਼ਿਟਿਵ ਆਏ ਨੇ, ਸਾਡੇ ਦੋ ਪੁਆਇੰਟ ਐਸੇ ਹੈਗੇ ਜ਼ਿਲ੍ਹਾ ਲੁਧਿਆਣਾ ਦੇ ਵਿੱਚ, ਇੱਕ ਅਮਰਪੁਰਾ ਸ਼ਹਿਰ ਦੇ ਵਿੱਚ ਔਰ ਇੱਕ ਚੌਕੀਮਾਨ ਪਿੰਡ ਜਿਹੜਾ ਹੈਗਾ ਜਗਰਾਓਂ ਦੇ ਵਿੱਚ। ਉਹ ਦੋ ਪੁਆਇੰਟ ਇਹੋ ਜਿਹੇ ਹੈਗੇ ਜਿੱਥੇ ਕਿ ਨੰਬਰ ਆਫ ਕੇਸਿਸ ਜਿਹੜੇ ਹੈਗੇ, ਜਿਵੇਂ ਅਮਰਪੁਰਾ 'ਚ ਸਾਨੂੰ ਪਤਾ ਹੈ ਕਿ 3 ਕੇਸ ਆ ਚੁੱਕੇ ਨੇ ਔਰ ਚੌਕੀਮਾਨ ਪਿੰਡ ਦੇ ਵਿੱਚ 2 ਕੇਸ ਜਿਹੜੇ ਹੈਗੇ ਉਹ ਪੋਜ਼ਿਟਿਵ ਆ ਚੁੱਕੇ ਨੇ। ਉਹ ਦੋਨੋਂ ਪੁਆਇੰਟਾਂ ਨੂੰ ਅਸੀਂ ਹੌਟਸਪੋਟ ਡਿਕਲੇਅਰ ਕਰਤਾ ਹੈਗਾ, ਪ੍ਰੋਪਰ ਕੰਟੇਨਮੈਂਟ ਜਿਹੜੀ ਹੈਗੀ ਉੱਥੇ ਕਰਤੀ ਹੈਗੀ ਅਸੀਂ। ਹੁਣ ਅਸੀਂ ਉੱਥੇ ਐਕਸਟੈਂਸਿਵ ਸੈਂਪਲਿੰਗ ਜਿਹੜੀ ਹੈਗੀ ਉਹ ਕਰਨ ਜਾ ਰਹੇ ਹਾਂ, ਜਿਸ ਤੋਂ ਕਿ ਅਸੀਂ ਦੇਖ ਸਕੀਏ ਕਿ ਉਸ ਏਰੀਆ ਦੇ ਵਿੱਚ ਕਿਸੇ ਹੋਰ ਬੰਦੇ ਨੂੰ ਤਾਂ ਕੋਈ ਹੋਰ ਬੰਦਾ ਕੋਵਿਡ ਪੋਜ਼ਿਟਿਵ ਨਾ ਹੋਵੇ। ਇਸ ਤੋਂ ਇਲਾਵਾ ਇੱਕ ਹੋਰ ਇਨਫੋਰਮੇਸ਼ਨ ਜਿਹੜੀ ਹੈਗੀ ਉਹ ਲੋਕਾਂ ਦੇ ਨਾਲ ਸ਼ੇਅਰ ਕਰਨ ਵਾਲੀ ਸੀਗੀ ਕਿ ਅਸੀਂ ਆਪਣੇ ਸਿਵਲ ਹੋਸਪਿਟਲ ਦੀ ਜਿਹੜੀ OPD ਅਤੇ ਐਮਰਜੈਂਸੀ ਹੈਗੀ ਉਸਨੂੰ ਅਸੀਂ ESI ਦੇ ਵਿੱਚ ਸ਼ਿਫਟ ਕਰਤਾ ਹੈਗਾ, ਅਤੇ ਹੁਣ ਆਪਾਂ ਸਿਵਲ ਹੋਸਪਿਟਲ ਦੇ ਵਿੱਚ ਸਿਰਫ ਕੋਵਿਡ ਦੇ ਪੇਸ਼ੈਂਟ ਜਿਹੜੇ ਹੈਗੇ ਉਹਨਾਂ ਨੂੰ ਰੱਖਾਂਗੇ, ਅਤੇ ਨਾਲ ਹੀ ਨਾਲ MCH ਫੈਸਿਲਿਟੀ ਮਦਰ ਚਾਈਲਡ ਹੋਸਪਿਟਲ ਵਾਲੀ ਜਿਹੜੀ ਫੈਸਿਲਿਟੀ ਹੈਗੀ ਉਹ ਸਿਵਲ ਹੋਸਪਿਟਲ ਦੇ ਵਿੱਚ ਮਿਲੇਗੀ। ਦੇਖੀਏ, ਇਸ ਮੈਂ ਕਈ ਸਾਰੇ ਸਕੂਲਾਂ ਨੇ ਤਾਂ ਆਪਣੀ ਔਨਲਾਈਨ ਐਜੂਕੇਸ਼ਨ ਸਿਸਟਮ ਜਿਹੜਾ ਹੈਗਾ ਉਹ ਚਾਲੂ ਕਰਤਾ ਹੈਗਾ। ਬੱਚੇ ਵੀ ਹੁਣ ਘਰਾਂ ਦੇ ਵਿੱਚ ਹੀ ਹਨ, ਉਹਨਾਂ ਦੇ ਪੇਰੈਂਟਸ ਵੀ ਜਿਹੜੇ ਹੈਗੇ ਉਹਨਾਂ ਘਰਾਂ ਦੇ ਵਿੱਚ ਹੀ ਹਨ। ਤਾਂ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਵਧੀਆ ਮੌਕਾ ਵੀ ਹੈਗਾ ਕਿ ਇੱਕ ਫੈਮਿਲੀ ਬੌਂਡਿੰਗ ਜਿਹੜੀ ਹੈਗੀ ਉਹ ਬਣਾਈ ਜਾ ਸਕਦੀ ਹੈ, ਅਤੇ ਫੈਮਿਲੀ ਬੌਂਡਿੰਗ ਦੇ ਨਾਲ ਨਾਲ ਪੇਰੈਂਟਸ ਜਿਹੜੇ ਹੈਗੇ ਉਹ ਆਪਣੇ ਬੱਚਿਆਂ ਨੂੰ ਪੜ੍ਹਾ ਵੀ ਸਕਦੇ ਨੇ। ਇੱਕ ਇਹ ਵੀ ਚੀਜ਼ ਜਿਹੜੀ ਹੈਗੀ ਉਹ ਧਿਆਨ 'ਚ ਆਈ ਸੀਗੀ ਕਿ ਕਈ ਸਾਰੇ ਲੋਕਾਂ ਦੇ ਵੱਲੋਂ ਪਾਸਿਸ ਦੀ ਜਿਹੜੀ ਹੈਗੀ ਉਹ ਦੁਰਵਰਤੋਂ ਵੀ ਕਦੇ ਕਦੇ ਕੀਤੀ ਜਾਂਦੀ ਹੈ, ਤਾਂ ਉਹਨੂੰ ਰੋਕਣ ਦੇ ਵਾਸਤੇ ਕੁਛ ਸਪੈਸ਼ਲ ਜਿਹੜੇ ਪਾਸਿਸ ਹੁੰਦੇ ਨੇ। ਫੋਰ ਐਗਜ਼ਾਮਪਲ, ਕਿਸੇ ਨੂੰ ਦੁਕਾਨ ਦਾ ਪਾਸ ਮਿਲਿਆ ਹੋਇਆ ਹੈ ਤਾਂ ਜਨਰਲੀ ਹਰੇਕ ਬੰਦਾ ਜਿਹੜਾ ਹੈਗਾ ਉਹ ਦੁਕਾਨ ਆਪਣਾ 9 ਤੋਂ 10 ਦੇ ਵਿਚਕਾਰ ਜਾਂਦਾ ਹੈ ਅਤੇ ਸ਼ਾਮੀ ਆਪਣੀ 6 ਵਜੇ ਦੇ ਨੇੜੇ ਤੇੜੇ ਆਪਣੀ ਦੁਕਾਨ ਨੂੰ ਬੰਦ ਕਰ ਲੈਂਦਾ ਹੈ। ਤਾਂ ਇਸ ਕਰਕੇ ਅਸੀਂ ਇਹ ਫੈਸਲਾ ਕੀਤਾ ਹੈਗਾ ਕਿ ਜਿਹੜੇ ਇਸ ਤਰ੍ਹਾਂ ਦੇ ਪਾਸਿਸ ਹੈਗੇ ਜਿਨ੍ਹਾਂ ਦੀ ਇੱਕ ਵਰਕਿੰਗ ਟਾਈਮਿੰਗ ਜਿਹੜੀ ਹੈਗੀ ਉਹ ਬਿਲਕੁਲ ਹੀ ਸਪੈਸੀਫਾਈਡ ਹੁੰਦੀ ਹੈ, ਉਸ ਤਰ੍ਹਾਂ ਦੇ ਪਾਸਿਸ ਨੂੰ ਅਸੀਂ ਸਿਰਫ ਔਰ ਸਿਰਫ 10 ਵਜੇ ਤੋਂ 6 ਵਜੇ ਤੱਕ ਦੇ ਵਿਚਕਾਰ ਹੀ ਅਲਾਊ ਕਰਾਂਗੇ। ਔਰ ਕੁਛ ਪਾਸੇ ਜਿਹੜੇ ਹੈਗੇ ਜਿਹੜੇ ਐਮਰਜੈਂਸੀ ਨੇਚਰ ਦੇ ਹੋਗੇ, ਫੋਰ ਐਗਜ਼ਾਮਪਲ ਕਿਸੇ ਨੂੰ ਮੈਡੀਕਲ ਸਰਵਿਸ ਦੇ ਵਾਸਤੇ ਕਿਸੇ ਨੂੰ ਜਾਣਾ ਪੈ ਰਿਹਾ ਹੈ, ਕਿਸੇ ਨੇ ਬਲੱਡ ਡੋਨੇਸ਼ਨ ਦੇ ਵਾਸਤੇ ਪਾਸ ਲਿਆ ਹੋਇਆ ਹੈ, ਤਾਂ ਉਸ ਤਰ੍ਹਾਂ ਦੇ ਪਾਸੇ ਜਿਹੜੇ ਹੈਗੇ ਉਹ ਜਿਵੇਂ ਪਹਿਲਾਂ ਸੀਗੇ ਉਸ ਤਰ੍ਹਾਂ ਹੀ ਲਾਗੂ ਰਵਾਂਗੇ। ਗੁਰਬਾਣੀ ਅਖੰਡਬਾਣੀ ਵਾਸਤੇ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡਬਾਣੀ, ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਅਸੀਂ ਲੁਧਿਆਣਾ ਵਿੱਚ 574 ਸੈਂਪਲ ਜਿਹੜੇ ਹੈਗੇ ਉਹ ਕਲੈਕਟ ਕੀਤੇ ਨੇ। ਇਹ 574 ਸੈਂਪਲਾਂ ਵਿੱਚੋਂ 467 ਸੈਂਪਲਾਂ ਦੀ ਰਿਪੋਰਟ ਜਿਹੜੀ ਹੈਗੀ ਉਹ ਸਾਨੂੰ ਪ੍ਰਾਪਤ ਹੋ ਚੁੱਕੀ ਹੈ। ਕੱਲ੍ਹ ਦੇ 41 ਸੈਂਪਲ ਅਤੇ ਅੱਜ ਦੇ 67 ਸੈਂਪਲ, ਕੁੱਲ ਮਿਲਾ ਕੇ 108 ਸੈਂਪਲ ਜਿਹੜੇ ਹੈਗੇ ਉਹਨਾਂ ਦੀ ਰਿਪੋਰਟ ਆਉਣ ਵਾਲੀ ਬਾਕੀ ਹੈ। ਜਿਹੜੇ 467 ਸੈਂਪਲਾਂ ਦੀ ਰਿਪੋਰਟ ਸਾਨੂੰ ਪ੍ਰਾਪਤ ਹੋਈ ਹੈ ਉਹਦੇ ਵਿੱਚੋਂ 443 ਸੈਂਪਲ ਜਿਹੜੇ ਹੈਗੇ ਉਹ ਨੈਗੇਟਿਵ ਪਾਏ ਗਏ ਨੇ। 11 ਸੈਂਪਲ ਇਹੋ ਜਿਹੇ ਸੀਗੇ ਜਿਨ੍ਹਾਂ ਦੀ ਰਿਪੋਰਟ ਪ੍ਰੋਪਰਲੀ ਨਹੀਂ ਬਣ ਸਕੀ ਸੀਗੀ, ਇਸ ਕਰਕੇ ਉਹਨਾਂ ਨੂੰ ਇਨਕਨਕਲੂਸਿਵ ਜਾਂ ਰਿਜੈਕਟ ਡਿਕਲੇਅਰ ਕਰਤਾ ਸੀਗਾ। 12 ਸੈਂਪਲ ਜਿਹੜੇ ਹੈਗੇ ਉਹ ਪੋਜ਼ਿਟਿਵ ਪਾਏ ਗਏ ਸੀਗੇ, 12 ਚੋਂ 1 ਸੈਂਪਲ ਜਿਹੜਾ ਸੀਗਾ ਉਹ ਜਲੰਧਰ ਦਾ ਸੀਗਾ ਔਰ 1 ਪੇਸ਼ੈਂਟ ਜਿਹੜਾ ਸੀਗਾ ਉਹ ਬਰਨਾਲੇ ਦੇ ਸਨ।
ਦੋ ਸੈਂਪਲ ਸਾਡੇ ਜ਼ਿਲ੍ਹਾ ਲੁਧਿਆਣਾ ਦੇ ਸੰਬੰਧਿਤ ਜਿਹੜੇ ਪੇਸ਼ੈਂਟ ਸੀਗੇ ਉਹਨਾਂ ਦੇ PGI ਵਿੱਚ ਸੈਂਪਲਿੰਗ ਹੋਈ ਸੀਗੀ, ਉੱਥੋਂ ਹੀ ਉਹਨਾਂ ਦੀ ਸੈਂਪਲਿੰਗ ਕਰਕੇ ਟੈਸਟਿੰਗ ਹੋਈ ਹੈ ਔਰ ਉਹ ਦੋਨੋਂ ਪੇਸ਼ੈਂਟ ਜਿਹੜੇ ਹੈਗੇ ਉਹ ਨੈਗੇਟਿਵ ਹੈਗੇ। ਅੱਜ ਪੰਜਾਬ ਸਰਕਾਰ ਵੱਲੋਂ ਜਿਹੜਾ ਕਰਫਿਊ ਲੋਕਡਾਊਨ ਸੀਗਾ ਉਸਨੂੰ 1 ਮਈ ਤੱਕ ਵਧਾ ਦਿੱਤਾ ਹੈ। ਪਿਛਲੇ ਤਕਰੀਬਨ 17-18 ਦਿਨਾਂ ਤੋਂ ਜਿਹੜਾ ਲੋਕਡਾਊਨ ਅਤੇ ਕਰਫਿਊ ਚੱਲ ਰਿਹਾ ਸੀਗਾ ਉਹਦੇ ਕਾਫੀ ਠੀਕ ਰਿਜ਼ਲਟਸ ਜਿਹੜੇ ਸੀਗੇ ਉਹ ਮਿਲ ਰਹੇ ਸਨ ਔਰ ਲੋਕਾਂ ਦਾ ਵੀ ਜਿਹੜਾ ਸਹਿਯੋਗ ਹੈਗਾ ਉਹ ਵੀ ਕਾਫੀ ਚੰਗਾ ਸਾਨੂੰ ਮਿਲਿਆ ਹੈਗਾ। ਅਸੀਂ ਉਮੀਦ ਕਰਦੇ ਹਾਂ ਕਿ ਲੋਕਾਂ ਦਾ ਜਿਹੜਾ ਸਹਿਯੋਗ ਸਾਨੂੰ ਪਿਛਲੇ 17-18 ਦਿਨਾਂ ਤੋਂ ਮਿਲਿਆ ਹੈਗਾ ਉਹੀ ਸਹਿਯੋਗ ਜਿਹੜਾ ਹੈਗਾ ਸਾਨੂੰ ਅੱਗੇ ਵੀ ਮਿਲੂਗਾ, ਕਿਉਂਕਿ ਇਹ ਜਿਹੜੀ ਚੀਜ਼ ਹੈਗੀ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਲੋਕਾਂ ਦੀ ਸਹੂਲਤ ਵਾਸਤੇ, ਲੋਕਾਂ ਦੀ ਸੁਰੱਖਿਆ ਦੇ ਵਾਸਤੇ ਹੀ ਸਰਕਾਰ ਵੱਲੋਂ ਜਿਹੜਾ ਹੈਗਾ ਇਹ ਫੈਸਲਾ ਲਿਆ ਹੈ, ਕਿਉਂਕਿ ਇਹਦਾ ਇਸ ਬਿਮਾਰੀ ਦਾ ਕੋਈ ਪ੍ਰੋਪਰ ਇਲਾਜ ਸਾਰਿਆਂ ਨੂੰ ਪਤਾ ਹੈਗਾ ਕਿ ਕੋਈ ਇਲਾਜ ਨਹੀਂ ਹੈਗਾ। ਜੇ ਕੋਈ ਬੰਦਾ ਕੰਟੈਮੀਨੇਟ ਹੋ ਜਾਂਦਾ ਹੈ ਤਾਂ ਉਹਦੀ ਇਮਿਊਨਿਟੀ, ਆਪਣੀ ਸੈਲਫ ਇਮਿਊਨਿਟੀ ਦੇ ਬੇਸਿਸ 'ਤੇ ਹੀ ਉਹ ਬੰਦਾ ਬਚ ਸਕਦਾ ਹੈ। ਅਦਰਵਾਈਜ਼ 2-3 ਡੈਥਸ ਵੀ ਜਿਹੜੀਆਂ ਹੈਗੀਆਂ ਡਿਸਟ੍ਰਿਕਟ ਦੇ ਵਿੱਚ ਹੋ ਚੁੱਕੀਆਂ ਨੇ, ਤਾਂ ਸਾਡੀ ਸਾਰਿਆਂ ਦੀ ਜਿਹੜੀ ਹੈਗੀ ਉਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਵਾਸਤੇ ਅਸੀਂ ਆਪਣੇ ਘਰਾਂ ਦੇ ਵਿੱਚ ਰਹੀਏ, ਕੋਈ ਵੀ ਕਰਾਊਡ ਵਾਲੀ ਥਾਂ ਜਿਹੜੀ ਹੈਗੀ ਉੱਥੇ ਨਾ ਜਾਈਏ। ਇੱਕ ਬਹੁਤ ਬੜਾ ਕਨਫਿਊਜ਼ਨ ਦੇਖਣ ਨੂੰ ਆਇਆ ਹੈ ਕਿ ਕੁਛ ਲੋਕਾਂ ਨੂੰ ਇੰਝ ਜਾਪਦਾ ਹੈ ਕਿ ਜਿਹੜਾ ਕਰਫਿਊ ਹੈਗਾ ਉਹ ਸਿਰਫ ਔਰ ਸਿਰਫ ਸਵੇਰੇ 9 ਵਜੇ ਤੋਂ ਸ਼ਾਮ ਤੱਕ ਹੀ ਹੈਗਾ। ਇਹ ਕਰਫਿਊ ਜਿਹੜਾ ਹੈਗਾ, ਲੋਕਡਾਊਨ ਜਿਹੜਾ ਹੈਗਾ, ਉਹ ਪੂਰੇ 24 ਘੰਟਿਆਂ ਦੇ ਵਾਸਤੇ ਹੁੰਦਾ ਹੈ। ਕਈ ਲੋਕ ਇਹ ਸੋਚ ਕੇ ਕਿ ਸਵੇਰੇ 6 ਵਜੇ, 7 ਵਜੇ, 8 ਵਜੇ ਕਿ ਜੀ ਅਸੀਂ ਇਸ ਵੇਲੇ ਕੋਈ ਵੀ ਪੁਲਿਸ ਡਿਪਲੋਇਮੈਂਟ ਘੱਟ ਹੈਗਾ, ਲੋਕ ਘੱਟ ਹੈਗੇ, ਤਾਂ ਉਹ ਬੰਦੇ ਜਿਹੜੇ ਹੈਗੇ ਕਦੇ ਕਦੇ ਕਿਸੇ ਕੰਮ ਦੇ ਵਾਸਤੇ, ਕੋਈ ਘੁੰਮਣ ਫਿਰਨ ਦੇ ਵਾਸਤੇ ਨਿਕਲ ਜਾਂਦਾ ਹੈ। ਡੇਲੀ ਬੇਸਿਸ 'ਤੇ ਸਾਡੀ ਪੁਲਿਸ ਵੱਲੋਂ ਇਸ ਤਰ੍ਹਾਂ ਦੇ ਬੰਦਿਆਂ ਨੂੰ ਫੜਿਆ ਜਾ ਰਿਹਾ ਹੈ, ਉਹਨਾਂ ਨੂੰ ਓਪਨ ਜੇਲ੍ਹ ਦੇ ਵਿੱਚ